ਨੂੰ ਧਰਨੇ ਤੇ ਬੈਠੇ। ਪੰਜਾਬ ਸਰਕਾਰ ਸਾਡੀ ਬੱਚਿਆਂ ਦੀ ਪੜ੍ਹਾਈ ਦੇ ਨਾਲ ਨਾਲ ਹੁਣ ਉੱਥੋਂ ਦੇ ਟੀਚਰਾਂ ਨੂੰ ਵੀ ਕੱਢਣ ਤੇ ਤੁਲ ਗਈ ਹੈ। ਇਹੋ ਦੀ ਗੰਦੀ ਸਰਕਾਰ ਨੂੰ ਅਸੀਂ ਕਦੇ ਵੀ ਮੁੜ ਕੇ ਨਹੀਂ ਆਉਣ ਦੇਵਾਂਗੇ। ਐਡੀ ਗੰਦੀ ਸਰਕਾਰ ਹੈ। ਡੀਸੀ ਸਾਹਿਬ ਨੇ ਸਾਨੂੰ ਕਿਹਾ ਹੈ ਕਿ ਮਾਸਟਰ ਦੀ ਮੈਨੂੰ ਜਿਹੜੀ ਕੰਪਲੇਨ ਆਈ ਹੈ, ਇੱਕ ਪੱਖ ਸਾਡਾ ਵੀ ਇਹਨਾਂ ਨੂੰ ਸੁਣਨਾ ਚਾਹੀਦਾ ਸੀ, ਠੀਕ ਹੈ, ਉਹਨਾਂ ਨੂੰ ਸਾਡਾ ਵੀ ਸੁਣ ਸਕਦਾ। ਐਸ ਡੀ ਐਮ ਸਾਹਿਬ ਸਾਡੇ ਸਕੂਲ 'ਚ ਆਏ, ਉਹ ਆਏ ਸਾਡੀ ਸਾਡੀ ਸੁਣਨ ਆਏ ਸੀ ਕਿ ਮਾਸਟਰ ਦੇ ਖਿਲਾਫ਼ ਬੋਲਣ ਆਏ ਸੀ। ਉਹਨਾਂ ਨੇ ਉੱਥੇ ਦੀ ਔਰਤਾਂ ਨੂੰ ਕਿਹਾ ਤੁਹਾਡੇ ਬੱਚੇ ਕਿੰਨੇ ਨੇ, ਜੇ ਕੋਈ ਔਰਤ ਕਹਿੰਦੀ ਮੇਰੇ ਦੋ ਬੱਚੇ ਨੇ, ਜੇ ਪੁੱਛਦੀ ਹੈ ਵੀ ਤੁਹਾਡੇ ਬੱਚੇ ਕਿਹੜੀ ਕਿਹੜੀ ਕਲਾਸ 'ਚ ਹੈ, ਜੇ ਕੋਈ ਭੈਣ ਬੋਲਦੀ ਕਿ ਮੇਰਾ ਬੱਚਾ ਇੱਕ 9th 'ਚ ਪੜ੍ਹਦਾ ਹੈ, ਇੱਕ ਮੇਰਾ ਬੱਚਾ ਆਈ ਟੀ ਆਈ ਕਰ ਰਿਹਾ, ਉਹਨਾਂ ਨੂੰ ਕਹਿੰਦਾ ਤੁਹਾਨੂੰ ਵੇਖ ਕੇ ਤਾਂ ਲੱਗਦਾ ਨਹੀਂ ਹੈਗਾ ਤੁਸੀਂ ਐਡੇ ਦੋ ਦੋ ਬੱਚੇ ਹੋਣਗੇ ਤੁਹਾਡੇ ਐਡੇ ਵੱਡੇ। ਇਹ ਕੋਈ ਅਫਸਰ ਗੱਲ ਕਰ ਸਕਦਾ ਕਿਸੇ ਔਰਤ ਨਾਲ? ਇਹ ਨਹੀਂ ਉਹਨੇ ਕਿਹਾ ਕਿਸੇ ਨੂੰ ਕਿ ਮੈਂ ਔਰਤਾਂ ਨੂੰ ਕੀ ਕਹਿ ਕੇ ਆਇਆ। ਇਹ ਨਹੀਂ ਉਹਨੇ ਕਿਹਾ ਕਿ ਮਾਸਟਰ ਤੇ ਜਨਾਨੀਆਂ ਦੇ ਵਿੱਚ ਮਸਤ ਰਹਿੰਦਾ ਹੈਗਾ। ਮਾਸਟਰ ਕੀ ਮਸਤ ਰਹਿੰਦਾ ਜਨਾਨੀਆਂ 'ਚ? ਅਸੀਂ ਬੋਲਣਾ, ਸਾਨੂੰ ਕਹਿੰਦੇ ਕਿ ਦੋ ਜਨਾਨੀਆਂ ਬੋਲਦੀਆਂ, ਅਸੀਂ ਦੋਵਾਂ ਨੇ ਬੋਲਣਾ, ਕਿਉਂ ਨਹੀਂ ਬੋਲਣਾ? 3 ਸਾਲ ਹੋ ਗਏ ਸਾਨੂੰ ਸਕੂਲ ਪਾਸੇ ਲੜਦੇ, ਕਦੀ ਜ਼ਮੀਨ ਵਾਸਤੇ, ਕਦੀ ਕਿਸੇ ਵਾਸਤੇ। ਜ਼ਮੀਨ ਦਾ ਹਜੇ ਤੱਕ ਇਹਨਾਂ ਨੇ ਮੋਇਆ ਨਾ, ਸਾਡਾ ਕੁਛ ਕੀਤਾ ਨਹੀਂ ਹੈਗਾ। ਇਹ ਕਿਹਦੀ ਸਰਕਾਰ ਹੈਗੀ ਹੈ ਜਿਹੜੀ ਸਰਕਾਰ ਆਪਣਾ ਸਰਕਾਰੀ ਸਕੂਲ ਨਹੀਂ ਬਚਾ ਸਕਦੀ? ਆ ਦੋ ਲੰਤ ਇਹੋ ਜਿਹੀ ਸਰਕਾਰ ਨੂੰ। ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ। ਜਿਵੇਂ ਕਿ ਆਮ ਆਦਮੀ ਪਾਰਟੀ ਸੱਜੇ ਚਾਹ ਤੋਂ ਪਹਿਲਾਂ ਕਹਿੰਦੀ ਸੀ ਬਦਲਾਵ ਕਰਾਂਗੇ, ਕੀ ਬਦਲਾਵ ਆਇਆ? ਇਹਨਾਂ ਨੇ ਤਾਂ ਬੇੜਾ ਕਰਕੇ ਕਰਤਾ, ਕੋਈ ਬਦਲਾਵ ਨਹੀਂ ਆਇਆ। ਕਹਿੰਦੇ ਸੀ ਦੇਸ਼ ਰੰਗੀਲਾ ਬਣਾਵਾਂਗੇ, ਇਹਨਾਂ ਨੇ ਉਲਟਾ ਸਾਡੇ ਬੱਚਿਆਂ ਦਾ ਬੇੜਾ ਕਰਕੇ ਕਰਤਾ। ਇਹਨਾਂ ਨੇ ਦੇਸ਼ ਕੀ ਰੰਗੀਲਾ ਬਣਾਇਆ? ਹੋਰ ਕੀ ਹਾਲ ਹੈ? ਆਪ ਰੰਗੀਲੇ ਬਣ ਗਏ ਬਸ ਦੂਜਾ ਵਿਆਹ ਕਰਕੇ। ਮੇਰੀ ਤਾਂ ਸਿੱਧੀ ਗੱਲ ਮਾਂ ਭੈਣਾਂ ਦੀ, ਅਗਰ ਤੁਹਾਡੀ ਇਹ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਅਗਰ ਤੁਹਾਡੀ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਅਗਲਾ ਸੰਘਰਸ਼ ਤੁਹਾਡਾ ਕੀ ਹੋਏਗਾ? ਸਾਡਾ ਇਹੀ ਰਹੇਗਾ, ਹੁਣ ਅਸੀਂ ਇੱਥੇ ਫਿਰ ਤੁਹਾਨੂੰ ਇੱਥੇ ਪੂਰਾ ਪੱਕਾ ਪ੍ਰਬੰਧ ਕਰ ਲਾਂਗੇ ਆਪਣਾ, ਸਾਡਾ ਤਾਂ ਇਹੀ ਹੈ। ਸਰ ਅੱਜ ਤੁਸੀਂ ਡੀਸੀ ਸਾਹਿਬ ਨੂੰ ਮਿਲਣ ਆਏ ਸੀ ਸਕੂਲ ਦੇ ਬਾਰੇ ਕਿ ਮੰਗ ਪੱਤਰ ਦੇਣ ਆਏ, ਤੁਹਾਨੂੰ ਕੀ ਸ਼ਵਾਸਨ ਮਿਲਿਆ ਗਿਆ? ਮੈਂ ਬਲਵੰਤ ਸਿੰਘ ਕੋ, ਜਨਰਲ ਸਕੱਤਰ ਜਮਹੂਰੀ ਕਿਸਾਨ ਸਭਾ ਜ਼ਿਲ੍ਹਾ ਪਠਾਨਕੋਟ। ਅੱਜ ਜੋ ਬੰਗਲ ਸਕੂਲ ਬਚਾਓ ਸੰਘਰਸ਼ ਕਮੇਟੀ ਦੇ ਝੰਡੇ ਥੱਲੇ ਅੱਜ ਜਿਹੜਾ ਇੱਥੇ ਧਰਨਾ ਦਿੱਤਾ ਜਾ ਰਿਹਾ ਹੈ ਕਿ ਉਹ ਸਕੂਲ ਨੂੰ ਡੀ ਨੋਟੀਫਿਕੇਸ਼ਨ ਕਰਕੇ 9ਵੀਂ 10ਵੀਂ ਜਮਾਤਾਂ ਨੂੰ ਬੰਦ ਕਰਤਾ ਹੈ ਸਕੂਲ 'ਚੋਂ ਆਉਣੇ, ਉਹਦੇ ਵਿਰੋਧ ਦੇ ਵਿੱਚ ਅੱਜ ਇੱਥੇ ਇਹ ਮੰਗ ਪੱਤਰ ਦੇਣ ਗਏ ਸੀਗੇ। ਅਤੇ ਡੀ ਸੀ ਸਾਹਿਬ ਦਾ ਰਵੱਈਆ ਜਿਹੜਾ ਹੈ ਉਹ ਬਿਲਕੁਲ ਗਲਤ ਹੈ, ਔਰ ਉਹਨਾਂ ਨੇ ਬਹੁਤ ਜ਼ਿਆਦਾ ਮਤਲਬ ਇਸ ਗੱਲ ਦਾ ਪੱਖਪਾਤ ਕਰ ਰਹੇ ਨੇ ਕਿ ਜਿਹੜਾ ਇਹ ਆਪਣਾ ਮੰਗ ਪੱਤਰ ਦੇ ਬਾਰੇ 'ਚ ਕਹਿ ਰਿਹਾ ਕਿ ਮੈਂ ਰਿਕਮੈਂਡੇਸ਼ਨ ਨਹੀਂ ਕਰੂੰਗਾ, ਇਹਨੂੰ ਮੈਂ ਭੇਜ ਦੇਣਾ, ਔਰ ਉਹ ਕਹਿ ਰਿਹਾ ਕਿ 1.5 ਕਿਲੋਮੀਟਰ 'ਤੇ ਜਿਹੜਾ ਸਕੂਲ ਹੈਗਾ ਇਹ 1.5 ਕਿਲੋਮੀਟਰ ਸਕੂਲ 'ਤੇ ਕੋਈ ਫਰਕ ਨਹੀਂ ਪੈਂਦਾ, ਇੱਥੇ ਇਹਨਾਂ ਨੂੰ ਜਾਣਾ ਚਾਹੀਦਾ। ਪਰ ਮੈਂ ਇਹ ਗੱਲ ਜ਼ਰੂਰ ਦੱਸਣਾ ਚਾਹੁੰਦਾ ਡੀ ਸੀ ਸਾਹਿਬ ਨੂੰ ਕਿ ਇਹ ਸਰਕਾਰ ਦੀ ਪੋਲਿਸੀਆਂ ਦੇ ਬਾਰੇ ਗੱਲ ਕਰਦੇ ਪਏ ਨੇ। ਸਰਕਾਰ ਨੇ ਤੁਹਾਨੂੰ ਪਿੰਡ ਦੇ ਵਿੱਚ ਆਪਣੇ ਓਪਨ ਸਕੂਲ ਲਾ ਕੇ, ਦਰਬਾਰ ਲਾ ਕੇ ਲੋਕਾਂ ਦੀ ਸ਼ਿਕਾਇਤਾਂ ਸੁਣਨ ਲਈ ਕਿਹਾ ਗਿਆ ਹੈ, ਪਰ ਅਸੀਂ ਤੁਹਾਡੇ ਦੁਆਰ 'ਤੇ ਅੱਜ ਇਹ ਸਮੱਸਿਆ ਲੈ ਕੇ ਆਏ ਹਾਂ ਕਿ ਸਾਡੇ ਸਕੂਲ ਦੇ ਵਿੱਚ 40 ਬੱਚਿਆਂ ਦੇ ਭਵਿੱਖ ਜਿਹੜਾ ਖਰਾਬ ਹੋ ਰਿਹਾ ਉਹਨੂੰ ਠੀਕ ਕਰਨ ਵਾਸਤੇ ਸਾਡੇ ਸਕੂਲ ਨੂੰ ਜਿਹੜਾ ਆ ਉਹ ਡੀ ਨੋਟੀਫਿਕੇਸ਼ਨ ਜਿਹੜਾ ਉਹ ਰੱਦ ਕੀਤਾ ਜਾਏ ਅਤੇ ਸਕੂਲ ਨੂੰ ਬਹਾਲ ਕੀਤਾ ਜਾਏ। ਪਰ ਇਸ ਡੀ ਸੀ ਸਾਹਿਬ ਨੇ ਜੋ ਅੱਜ ਸਾਡੇ ਨਾਲ ਵਿਵਹਾਰ ਕੀਤਾ ਉਹ ਨਿੰਦਣਯੋਗ ਹੈ, ਔਰ ਜਿਹੜਾ ਇੱਥੋਂ ਦਾ ਡੀ ਓ ਹੈ ਉਹਦੇ ਹੱਥਾਂ ਦੇ ਵਿੱਚ ਖੇਲਦੇ ਹੋਇਆ ਡੀ ਸੀ ਨੇ ਉਹ ਸਾਰੀਆਂ ਗੱਲਾਂ, ਜਿਹੜਾ ਕਿ ਪ੍ਰਾਈਵੇਟ ਡੀ ਓ ਜਿਹੜਾ ਆਪਣੇ ਬੁੱਗਲ ਦਾ ਉਹ ਸਾਰੇ ਸਕੂਲਾਂ ਪ੍ਰਾਈਵੇਟਾਂ ਨਾਲ ਰਲਿਆ ਹੋਇਆ, ਉਹਨਾਂ ਕੋਲ ਮਹੀਨਾ ਲੈਂਦਾ, ਔਰ ਉਹ ਮਾਸਟਰ ਦੇ ਨਾਲ ਜ਼ਿੱਦ ਕਰਕੇ, ਇੱਕ ਮਾਸਟਰ ਨੂੰ ਜ਼ਿੱਦ ਕਰਕੇ ਉਹਨੂੰ ਇੱਥੋਂ ਬਦਲਾਉਣ ਦੇ ਵਿੱਚ ਡੀ ਸੀ ਨੂੰ ਐਸ ਡੀ ਐਮ ਰਾਹੀਂ ਜਿਹੜੀ ਹੈ ਉਹ ਕਹਿ ਕੇ ਕਿ ਉਹਨੂੰ ਵਿਚਾਰੇ ਨੂੰ ਜ਼ਿਲ੍ਹਾ ਬਦਲ ਕਰ ਦਿੱਤਾ। ਇਹ ਸਾਰਾ ਕੁਝ ਜਿਹੜਾ ਹੈ ਇਹ ਸਾਰਾ ਡੀ ਸੀ ਸਾਹਿਬ, ਜ਼ਿਲ੍ਹਾ ਪ੍ਰਸ਼ਾਸਨ ਰਲ ਕੇ ਕਰ ਰਿਹਾ, ਔਰ ਪ੍ਰਾਈਵੇਟ ਸਕੂਲਾਂ ਦੇ ਜਿਹੜੇ ਕਹਿੰਦਾ ਮਾਲਕ ਨੇ ਉਹਨਾਂ ਦੇ ਨਾਲ ਇਹਨਾਂ ਦੀ ਸਾੜਗਾੜ ਹੈ, ਇਸ ਕਰਕੇ ਇਹ ਜਿਹੜਾ ਸਕੂਲ ਹੈ ਇਹਨੂੰ ਜਿਹੜਾ ਬਹਾਲ ਨਹੀਂ ਕਰ ਦਿੱਤਾ ਜਾ ਰਿਹਾ। ਇਹ ਸਾਰਾ ਦੋਸ਼ ਜਿਹੜਾ ਹੈ ਇਹ ਸਿਵਲ ਪ੍ਰਸ਼ਾਸਨ ਦਾ ਹੈ, ਇਹ ਸਿਵਲ ਪ੍ਰਸ਼ਾਸਨ ਜਿਹੜਾ ਹੈ ਇਹਨੇ ਇਹਨੂੰ ਡੀਗ੍ਰੇਡ ਨੋਟੀਫਿਕੇਸ਼ਨ ਕਰਾਇਆ, ਔਰ ਇਹਨੇ ਇਹਨੂੰ ਮਤਲਬ ਇੱਥੋਂ ਮੁੜ ਕੇ ਬਹਾਲ ਨਹੀਂ ਕਰ ਦਿੱਤਾ ਜਾ ਰਿਹਾ। ਇਸ ਕਰਕੇ ਅਸੀਂ ਇਹ ਬੇਨਤੀ ਕਰ ਰਹੇ ਹਾਂ ਜਦੋਂ ਤੱਕ ਇਹ ਸਕੂਲ ਬਹਾਲ ਨਹੀਂ ਹੁੰਦਾ ਅਤੇ ਅਸੀਂ ਜੋ ਜਿਹੜੀ ਬੁੰਗਲ ਸੰਘਰਸ਼ ਕਮੇਟੀ ਬਣੀ ਹੈ ਪਿੰਡ ਦੀ ਉਹ ਜੋ ਫੈਸਲਾ ਲਏਗੀ ਉਹਦੇ ਮੁਤਾਬਕ ਅਸੀਂ ਜਥੇਬੰਦੀਆਂ ਵਾਲੇ, ਮੈਂ ਜਮਹੂਰੀ ਕਿਸਾਨ ਵਾਲਾ ਕਿਸਾਨ ਸਭਾ ਵੱਲੋਂ ਇਹ ਵਿਸ਼ਵਾਸ ਦਿਵਾਉਣਾ ਕਿ ਜੋ ਵੀ ਤੁਸੀਂ ਪ੍ਰੋਗਰਾਮ ਲਿਖੋਗੇ ਉਹਦੇ ਵਿੱਚ ਅਸੀਂ ਵੱਧ ਚੜ੍ਹ ਕੇ ਹਿੱਸਾ ਲਵਾਂਗੇ। ਔਰ ਅੱਜ ਦਾ ਧਰਨਾ ਜੀ ਇਹ ਪੰਜਾਬ ਸਰਕਾਰ ਦੇ ਖਿਲਾਫ਼ ਪਿੱਟ ਸਿਆਪਾ ਹੈ, ਇਹ ਧਰਨਾ ਨਹੀਂ ਹੈ, 45 ਦਿਨ ਤੋਂ ਚੱਲ ਰਿਹਾ ਸਾਡਾ ਧਰਨਾ ਕਿ ਸਾਡਾ ਜਿਹੜਾ ਬੁੰਗਲ ਦਾ ਸਕੂਲ ਸੀ, ਦਸਵੀਂ ਪਹਿਲੇ 8ਵੀਂ ਤੋਂ 10ਵੀਂ ਕੀਤਾ ਸੀ ਜਦੋਂ ਕਾਂਗਰਸ ਸਰਕਾਰ ਸੀ, ਅਤੇ ਜਦੋਂ ਆਪ ਸਰਕਾਰ ਆਈ ਹੈ ਅਤੇ ਇਹਨਾਂ ਨੇ ਜਿਹੜਾ 10ਵੀਂ ਤੋਂ ਹੈ 8ਵੀਂ ਕਰਤਾ ਤਾ, ਔਰ ਸਾਡੇ ਜਿਹੜੇ ਬੱਚੇ ਨੇ ਉਹ ਖੱਜਲ ਖੁਆਰ ਕੀਤੇ।
अगर तुम्हारी मंगा पूरी नहीं होंगे अगला संघर्ष तुम्हारा की होगा? साडा संघर्ष जारी रहेगा, साडा रोस प्रदर्शन जिहड़ा वह लगातार लग्या रहेगा और असी आने वाले टाइम च सरकार नूं जे कुर्सी ते असी पिछले बिठाया है तो हुण असी उधार भी देना कुर्सी। मैम जे अज डी सी साहब नूं मिले हो, डी साहब तुहानूं की आश्वासन मिले गया? सानू डी सी साहब तो कोई आश्वासन नहीं मिले, सानू डी सी साहब ने कोई आश्वासन नहीं मिले। इन्हां दी सारी लोगों की इन्हां दी जिहड़े अधिकारी ने इन्हां दी सारी मैं ते अज समझी आ, असी डी सी साहब अगे ज्यादा बोले नहीं पर सारिआं दी मिली भगत, ये मिली भगत है। जे डी सी साहब या कोई सानू कहिंदे ने भी तुहाडा स्कूल जिहड़ा 1.5 किलोमीटर 1.5 किलोमीटर, इन्हां ने एक सारे अधिकारियों ने रट लगाई दी है कि 1.5 किलोमीटर है, आके उत्थे डुबो हाँ जाके देखो जाके भी 1.5 किलोमीटर है। मैम किन्ने बच्चे स्कूल बच्चे स्कूल जे 9वीं 10वीं 40 बच्चे 6000 वादी है, 3000 साडा वोट है। एडी धार ब्लाक की जी पंचायत है, सब तो वड्डी पंचायत है, सानू कहिंदे ने बधाणी जाओ बधाणी जा, इन्हां नूं पता नहीं बधाणी वालिआं ने की खवाएदा है। मैं तो सच्ची गल कहनी, असी जाइए बधाणी, असी जाइए जंडवाल, असी पढ़ाइए बच्चे हाड़े, ये कौन होंदे ने कहण वाले भी बधाणी जाओ बधाणी जाओ? कहड़ी इन्हां नूं शह दित्ती दी है बधाणी वालिआं ने? ये कोई तो कोई राज है विच, असी बोल नहीं सकते क्योंकि साडे कोल पुख्ता सबूत नहीं कोई। ये जिहड़ा डीओ साहब ने काम किया, जिहड़ा तबादला होया सर दा, क्योंकि जिहड़ा तबादला होया बड़ा अच्छा टीचर सी, डिवेलपमेंट की है स्कूल की, बच्चों पल्लों बैग दिते ने, बच्चों जेब चो पैसे खर्च के उन्हें बच्चे किताबा दी, सब कुछ किया है। इनकार ही करो सर, ये पैसा कितों आया है? ये पैसा किन्ने दिता है? एक भले मानस बंदे की तुम बदली करके तो तुम सुटिया, चलो सू उस गल का भी कोई गिला नहीं, सरकारी मुलाजम है वो सस्पेंड तो नहीं कर दिता, कोई गल नहीं है। ये जी पोलीटिकल जी लोग न वो आके डी सी साहब को और अधिकारियों को आके अपनी पोलीटिकल की धौंस जमाते हैं तो मुछा वट देंगे। असी गरीब जनता है, अस साड़ी कोई पोलीटिकल वो नहीं है, साड़ी कोई पार्टी नहीं। सा क्योंकि जो साड़ी बच्चियां दी पढ़ाई खराब ना होवे।